सत श्री अकाल दोस्तों, तुसी देख रहे हो न्यूज़ पंजाब दी चैनल। एक बार फिर हाजिर हाँ खास खबर नूं लैके। मोगा च वध रहा है चोर महिलावां दा आतंक। 30-40 औरतां अपना एक ग्रुप बना के गोदामां च कर रही हन चोरियां, अते जे उह व्यक्ति कोई उन्हां नूं उत्थे आ के फड़दा है चोरी करदे तां उल्टा उस दे गले पैंदियां हन, लड़दियां हन। अजिही ही एक घटना मोगा दे मनीष कुमार नाल हुई, आओ जानदे हां पूरी खबर। मनीष जी, की होया सीगा तुहाडे गोदाम दे बाहर चोरी होण लगी सी, की बचा हो गया? ਇਹ 20 ਤਰੀਕ ਦੀ ਗੱਲ ਹੈ ਜੀ। ਕੁਛ 30-35 ਬੁੜੀਆਂ ਦਾ ਗਰੋਹ ਸੀਗਾ, ਜਿਹੜੀਆਂ ਕੀ ਆ ਜਿਹਨੂੰ ਆਪਾਂ ਛੱਜ ਘਾੜੀਆਂ ਵੀ ਕਹਿ ਦਿੰਦੇ ਹਾਂ, ਇਹ ਸਾਡੇ ਗੋਦਾਮ ਦੇ ਮੂਹਰੇ ਆ ਕੇ ਲਾਈਨ ਬਣਾ ਕੇ ਖੜੀਆਂ ਹੋ ਗਈਆਂ। ਇਹਨਾਂ ਨੇ ਆਪਦੇ ਪਿੱਛੇ 2-3 ਬੁੜੀਆਂ ਰੱਖ ਕੇ ਅਤੇ ਸਾਡੇ ਗੋਦਾਮ ਦਾ ਤਾਲਾ ਖੋਲ੍ਹ ਕੇ ਉਹਨੂੰ ਸ਼ਟਰ ਚੱਕ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਡੇ ਕੋਲ ਕੈਮਰੇ ਲੱਗੇ ਹੋਏ ਸੀਗੇ, ਅਸੀਂ ਕੈਮਰਿਆਂ 'ਤੇ ਵੇਖ ਲਿਆ ਅਤੇ ਉਸੇ ਦੌਰਾਨ ਅਸੀਂ ਉੱਥੇ ਪਹੁੰਚ ਗਏ ਅਤੇ ਤਾਂ ਕਰਕੇ ਸਾਡਾ ਬਚਾਅ ਹੋ ਗਿਆ। ਨਹੀਂ ਤਾਂ ਇਹ ਬਹੁਤ ਹੀ ਨੁਕਸਾਨ ਵਾਲੀ ਗੱਲ ਸੀ, ਵੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀਗਾ। ਕੈਮਰਿਆਂ ਨੇ ਸਾਨੂੰ ਬਚਾ ਲਿਆ। ਕਿੰਨੇ ਕੁ ਵਜੇ ਰਾਤ ਨੂੰ? ਇਹ ਦੁਪਹਿਰ ਤਕਰੀਬਨ 1:30-2 ਵਜੇ ਦੀ ਗੱਲ। ਬਾਜ਼ਾਰ ਚੱਲਦਾ ਹੁੰਦਾ? ਪੂਰਾ ਬਾਜ਼ਾਰ ਚੱਲਦਾ ਜੀ, ਪੂਰਾ ਕੰਮ ਕਰਦਾ। ਮੈਂ ਜਾ ਕੇ ਕਿਹਾ ਵੀ ਤੁਸੀਂ ਇੱਥੇ ਕੀ ਕਰਦੀਆਂ, ਮੇਰੇ ਗਲ ਪੈਣ ਨੂੰ ਆਈਆਂ ਬੁੜੀਆਂ ਉਹ, ਪਰ ਫਿਰ ਵੀ ਬੜੀ ਜਦੋਂ ਅਸੀਂ ਬਾਜ਼ਾਰ ਵਾਲੇ 4 ਬੰਦੇ ਅਤੇ ਗਲੀ ਵਾਲੇ ਮੁਹੱਲੇ ਵਾਲੇ ਇਕੱਠੇ ਹੋ ਗਏ ਅਤੇ ਫਿਰ ਅਸੀਂ ਉਹਨਾਂ ਨੂੰ ਭਜਾਇਆ। ਤੁਹਾਨੂੰ ਕਿਵੇਂ ਪਤਾ ਲੱਗਾ ਚੋਰੀ ਹੋਣ ਲੱਗੀ? ਕੁਛ ਤਾਂ ਮੇਰੇ ਸਾਹਮਣੇ ਮੇਰੇ ਕੈਮਰੇ ਚੱਲਦੇ ਹੁੰਦੇ ਜੀ ਗੋਦਾਮ ਦੇ, ਫਿਰ ਬਾਹਰ ਕੈਮਰੇ ਲੱਗੇ ਵੀ, ਕੈਮਰਿਆਂ ਦੇ ਵਿੱਚ ਮੈਂ ਵੇਖ ਲਿਆ ਵੀ ਕੁਛ ਬੁੜੀਆਂ ਮਤਲਬ ਗੋਦਾਮ ਦੇ ਮੂਹਰੇ ਆ ਕੇ ਖੜੀਆਂ ਹੋ ਗਈਆਂ। ਉਸ ਦੌਰਾਨ ਫਿਰ ਮੈਂ ਚਲਾ ਗਿਆ, ਫਿਰ ਮੈਂ ਜਾ ਕੇ ਦੇਖਿਆ ਅਤੇ ਉਹਨਾਂ ਨੇ ਮੇਰਾ ਸ਼ਟਰ ਦਾ ਤਾਲਾ ਤੋੜਿਆ ਹੋਇਆ ਸੀਗਾ। ਤੋੜਿਆ ਮਤਲਬ ਖੋਲ੍ਹਿਆ ਹੋਇਆ ਸੀਗਾ ਜੀ, ਉਹ ਸ਼ਟਰ ਚੱਕਿਆ ਹੋਇਆ ਸੀ 2 ਫੁੱਟ ਉੱਤੇ। ਤੁਸੀਂ ਕੀ ਕਰੀਏ ਜੀ, ਗਲ ਪੈਣ ਨੂੰ ਜਾਂਦੀਆਂ ਸੀ। ਜੇ ਪੁਲਿਸ ਕਾਰਵਾਈ ਨੂੰ ਕਹਿੰਦੇ ਆ ਤੇ ਜੇ ਪੁਲਿਸ ਵੀ ਉਹਨਾਂ ਦਾ ਕੀ ਕਰੂਗੀ, 40-50 ਜਨਾਨੀਆਂ, ਉਹਨਾਂ ਦਾ ਕੀ ਕਰੂ ਬੰਦਾ? ਕੁਛ ਨਹੀਂ ਹੋ ਸਕਦਾ ਜੀ। ਗਰੋਹ ਬਣਾ ਕੇ ਪੂਰਾ ਗਰੋਹ ਹੈ ਜੀ ਇਹ। ਚੋਰੀ ਕਰਨੀਆਂ ਕਿਵੇਂ ਹੈ? ਕੋਈ ਓਲਾ ਕਰ ਲੈਂਦੀਆਂ, ਕੁਛ ਲੇਡੀਜ਼ ਆਪਸ 'ਚ ਓਲਾ ਕਰ ਲੈਂਦੀਆਂ ਜੀ। ਜਦੋਂ ਲੇਡੀਜ਼ 40-50 ਲੇਡੀਜ਼ ਹੈਗੀਆਂ, ਆਮ ਬੰਦੇ ਨੂੰ ਤਾਂ ਇਕੱਲੇ ਬੰਦੇ ਨੂੰ ਤਾਂ ਬੋਲਣ ਹੀ ਨਹੀਂ ਦਿੰਦੀਆਂ। ਵੀ ਜਦੋਂ ਜਾ ਕੇ ਉੱਥੇ ਗਰੁੱਪ ਬਣਾ ਕੇ ਖੜੀਆਂ ਵੀ ਦਿਵਾਲੀ ਮੰਗਦੀਆਂ, ਦਿਵਾਲੀ ਮੰਗਦੀਆਂ, ਵੀ ਉਹਦੇ ਵਿੱਚ ਦਿਵਾਲੀ ਮੰਗਣ ਵਾਲਾ ਕੰਮ ਹੀ ਹੈਣੀ ਸੀ। ਕੋਈ ਪਹਿਲਾਂ ਬਾਜ਼ਾਰ ਬਾਹਰੋਂ ਭਜਾਉਣ ਦੀ ਕੋਸ਼ਿਸ਼ ਕੀਤੀ ਵੀ ਭਾਜੋ, ਪਰ ਨਹੀਂ ਭੱਜੀਆਂ। ਪਰ ਜਦੋਂ ਅਸੀਂ ਜਦੋਂ ਜਾ ਕੇ ਜਦੋਂ ਮੈਂ ਫਿਰ ਇੱਟ ਚੱਕੀ ਵੀ ਇੱਟ ਮਾਰਨ ਦੀ, ਮੈਂ ਉਹਨਾਂ ਦੀ ਕੋਸ਼ਿਸ਼ ਕੀਤੀ ਤੇ ਫਿਰ ਕਿਤੇ ਜਾ ਕੇ ਉਹ ਕੋਈ ਜਾਣ ਦੀ ਕੋਸ਼ਿਸ਼। ਔਜ਼ਾਰ ਵਗੈਰਾ, ਸਮਾਨ ਵਗੈਰਾ ਵੀ ਸੀਗਾ ਉਹਨਾਂ ਕੋਲ? ਦੇਖੋ ਝੋਲੀਆਂ ਪਾਈਆਂ ਵੀ ਸੀ ਜੀ ਉਹਨਾਂ ਦੇ ਗਲਾਂ ਦੇ ਵਿੱਚ ਸਮਾਨ ਚੱਕਣ ਵਾਲੀਆਂ, ਤੇ ਹੋ ਸਕਦਾ ਉਹਦੇ ਵਿੱਚ ਹਥਿਆਰ ਵੀ ਹੋਣ। ਤੇ ਕੀ ਹੈਗਾ ਕੀ ਨਹੀਂ ਹੈਗਾ ਜੀ ਇਹਦੇ ਬਾਰੇ ਮੈਂ ਪੁਖਤਾ ਜਾਣਕਾਰੀ ਨਾ ਦੇਖਿਆ ਨਾ ਕੀਤਾ, ਸਿਰਫ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਭਜਾ। ਪੁਲਿਸ ਨੂੰ ਇਨਫੋਰਮ ਕੀਤਾ ਤੁਸੀਂ ਇਹਦੇ ਬਾਰੇ? ਨਹੀਂ, ਨੁਕਸਾਨ ਨਹੀਂ ਹੋਇਆ ਜੀ, ਤੇ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ।